200 ਰੁਪਏ ਪਿੱਛੇ ਮਾਰਤਾ ਸ਼ਖਸ, ਜਾਲੀ ਸ਼ਰਾਬ ਪੀ ਕੇ ਕੀਤੇ ਵਾਰ, ਕਤਲ ਕਰਕੇ ਟ੍ਰੇਨ 'ਚ ਸੁੱਟਤੀ ਲਾਸ਼। ਤਾਂ ਡੇਰਾ ਬਾਬਾ ਨਾਨਕ ਤੋਂ ਦਿਲ ਦਹਿਲਾਉਣ ਵਾਲੀ ਇੱਕ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਪਿੰਡ ਜੋੜੀਆਂ ਕਲਾਂ ਦੇ ਵਿੱਚ ਨੌਜਵਾਨ ਕੋਡੂ ਮਸੀਹ ਦਾ ਕਤਲ ਕਰ ਦਿੱਤਾ ਗਿਆ। ਇਹ ਦਰਅਸਲ 34 ਸਾਲਾਂ ਦਾ ਕੋਡੂ ਮਸੀਹ, ਜੋ ਕਿ ਜਲੰਧਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਅਤੇ ਉਹ ਆਪਣੇ ਪਿੰਡ ਜਲੰਧਰ ਤੋਂ ਬਾਬਾ ਡੇਰਾ ਬਾਬਾ ਨਾਨਕ ਵਿਖੇ ਛੁੱਟੀ ਲੈ ਕੇ ਆਇਆ ਸੀ, ਅਤੇ ਆਪਣੇ ਮਿੱਤਰ ਸੁੱਖਾ ਮਸੀਹ ਦੇ ਨਾਲ ਨਜਾਇਜ਼ ਸ਼ਰਾਬ ਦੇ ਕਾਰੋਬਾਰੀ ਦੇ ਕੋਲੋਂ ਸ਼ਰਾਬ ਪੀ ਚਲਾ ਗਿਆ। ਉੱਥੇ 200 ਰੁਪਏ ਲੈਣ ਦੇਣ ਨੂੰ ਲੈ ਕੇ ਮਾਮਲੀ ਤਕਰਾਰ ਹੋ ਗਈ, ਜਿਸ ਦੌਰਾਨ ਸ਼ਰਾਬ ਕਾਰੋਬਾਰੀ ਅਤੇ ਉਸਦੀ ਪਤਨੀ ਦੇ ਵੱਲੋਂ ਉਸਦੇ ਉੱਪਰ ਤੇਜ਼ਧਾਰ ਹਥਿਆਰਾਂ ਦੇ ਨਾਲ ਵਾਰ ਕਰ ਦਿੱਤਾ ਗਿਆ ਅਤੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਤਾਂ ਬੇਹੱਦ ਮੰਦਭਾਗੀ ਅਤੇ ਹੈਰਾਨ ਕਰਨ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਇੱਕ ਤਾਂ ਜਾਲੀ ਸ਼ਰਾਬ ਵੇਚਦੇ ਸੀ, ਅਤੇ ਉਹਨਾਂ ਦੇ ਵੱਲੋਂ 200 ਰੁਪਏ ਪਿੱਛੇ ਸ਼ਖਸ ਦਾ ਕਤਲ ਕਰ ਦਿੱਤਾ ਗਿਆ। ਮੇਰੇ ਦੋ ਬੱਚੇ ਆਈ ਰਾਤ ਗੱਡੀ ਕਰਦੇ ਆ। ਮੈਂ ਆਪਣੇ ਭਰਾ ਦੇ ਮੁੰਡੇ ਨੂੰ ਕਿਹਾ, ਮੈਂ ਕਿਹਾ ਜਾ ਆਪਣੇ ਚਾਚੇ ਨੇ ਲੱਭ ਕੇ ਲਿਆ, ਆਇਆ ਨੀ। ਇਹ ਲੱਭੜ ਗਿਆ, ਉਹਨੂੰ ਉਹਨਾਂ ਮਾਰ ਕੇ ਸੱਪੜ ਚ ਸੁੱਟ ਦਿੱਤਾ। ਨਾਲੇ ਸਰੀਰ ਤੇ ਕੋਈ ਦਾਗ ਨੀ, ਉਹਦਾ ਸਿਰ ਪਾੜਿਆ ਨੂੰ ਲਾਸਾਂ ਪਾਈਆਂ। ਸ਼ਰਾਬ ਪੈਣ ਗਏ, ਉਹਨਾਂ ਉੱਥੇ ਹੀ ਉਹਨੂੰ ਮਾਰਤਾ। ਸਾਨੂੰ ਕੋਈ ਜਵਾਬ ਨੀ ਦੇਦੀ, ਉਹਦਾ ਪੋਸਟਮਾਰਟਮ ਵੀ ਨੀ ਕੀਤਾ। ਉਹ ਕਹਿੰਦਾ ਵਾਰਿਸ ਆ, ਉਹਦਾ ਵਾਰਿਸ ਨਹੀਂ, ਉਹਦੇ ਨਿੱਕੇ ਨਿੱਕੇ ਬੱਚੇ ਆ। ਉਹਦੇ ਬੱਚੇ ਮੈਂ ਕਿੱਦਾਂ ਸਾਂਭਾਂਗੀ, ਮੈਂ ਉਹਦੇ ਬੱਚਿਆਂ ਨੂੰ ਕਿੱਦਾਂ ਪਾਲਾਂਗੀ। ਮੈਨੂੰ ਇਨਸਾਫ ਚਾਹੀਦਾ, ਮੈਨੂੰ ਇੱਥੇ ਮਰੇ ਦਿਖਣੇ ਚਾਹੀਦੇ ਆ। 200 ਰੁਪਏ ਪਿੱਛੇ ਮਾਰਤਾ ਸ਼ਖਸ, ਜਾਲੀ ਸ਼ਰਾਬ ਪੀ ਕੇ ਕੀਤੇ ਵਾਰ, ਕਤਲ ਕਰਕੇ ਟ੍ਰੇਨ 'ਚ ਸੁੱਟਤੀ ਲਾਸ਼। ਤਾਂ ਡੇਰਾ ਬਾਬਾ ਨਾਨਕ ਤੋਂ ਦਿਲ ਦਹਿਲਾਉਣ ਵਾਲੀ ਇੱਕ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਪਿੰਡ ਜੋੜੀਆਂ ਕਲਾਂ ਦੇ ਵਿੱਚ ਨੌਜਵਾਨ ਕੋਡੂ ਮਸੀਹ ਦਾ ਕਤਲ ਕਰ ਦਿੱਤਾ ਗਿਆ। ਇਹ ਦਰਅਸਲ 34 ਸਾਲਾਂ ਦਾ ਕੋਡੂ ਮਸੀਹ, ਜੋ ਕਿ ਜਲੰਧਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਅਤੇ ਉਹ ਆਪਣੇ ਪਿੰਡ ਜਲੰਧਰ ਤੋਂ ਬਾਬਾ ਡੇਰਾ ਬਾਬਾ ਨਾਨਕ ਵਿਖੇ ਛੁੱਟੀ ਲੈ ਕੇ ਆਇਆ ਸੀ, ਅਤੇ ਆਪਣੇ ਮਿੱਤਰ ਸੁੱਖਾ ਮਸੀਹ ਦੇ ਨਾਲ ਨਜਾਇਜ਼ ਸ਼ਰਾਬ ਦੇ ਕਾਰੋਬਾਰੀ ਦੇ ਕੋਲੋਂ ਸ਼ਰਾਬ ਪੀ ਚਲਾ ਗਿਆ। ਉੱਥੇ 200 ਰੁਪਏ ਲੈਣ ਦੇਣ ਨੂੰ ਲੈ ਕੇ ਮਾਮਲੀ ਤਕਰਾਰ ਹੋ ਗਈ, ਜਿਸ ਦੌਰਾਨ ਸ਼ਰਾਬ ਕਾਰੋਬਾਰੀ ਅਤੇ ਉਸਦੀ ਪਤਨੀ ਦੇ ਵੱਲੋਂ ਉਸਦੇ ਉੱਪਰ ਤੇਜ਼ਧਾਰ ਹਥਿਆਰਾਂ ਦੇ ਨਾਲ ਵਾਰ ਕਰ ਦਿੱਤਾ ਗਿਆ ਅਤੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਤਾਂ ਬੇਹੱਦ ਮੰਦਭਾਗੀ ਅਤੇ ਹੈਰਾਨ ਕਰਨ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਇੱਕ ਤਾਂ ਜਾਲੀ ਸ਼ਰਾਬ ਵੇਚਦੇ ਸੀ, ਅਤੇ ਉਹਨਾਂ ਦੇ ਵੱਲੋਂ 200 ਰੁਪਏ ਪਿੱਛੇ ਸ਼ਖਸ ਦਾ ਕਤਲ ਕਰ ਦਿੱਤਾ ਗਿਆ।